ਸਾਸ਼ੀ ਗਾਲ ਦੋਸਤੋ ਹੁਣ ਅਸੀਂ ਪੜਨ ਜਾ ਰਹੇ ਹਾਂ ਕਹਾਣੀ ਪੋਤਾ ਪਾਂਦੀ ਇਹ ਕਹਾਣੀ ਗੁਰਬਖਸ਼ ਸਿੰਘ ਜੀ ਦੁਆਰਾ ਲਿਖੀ ਗਈ ਹੈ ਅੰਮ੍ਰਿਤਸਰ ਉਦਿਆਣੀ ਵੱਲ ਗੱਡੀ ਆ ਰਹੀ ਸੀ ਤੀਸਰੇ ਦਰਜੇ ਖਚਾ ਖੱਚ ਭਰੇ ਹੋਏ ਸਨ ਸਾਰੀ ਗੱਡੀ ਭੌ ਪਵਾ ਕੇ ਇੱਕ ਭਾਰਾ ਜਿਹਾ ਸੱਜਣ ਇੱਕ ਡੱਬੇ ਅੱਗੇ ਆ ਖਲੋਤਾ ਤੇ ਮਿੰਤਾ ਕੀਤੀਆਂ ਪਰ ਅੰਦਰ ਲਿਆਂ ਨੇ ਝਾੜ ਛੱਡਿਆ ਕੋਈ ਥਾਂ ਨਹੀਂ ਉਹ ਨਿਮੂਜ ਹੁਣਾ ਹੋਇਆ ਹਿੱਲਣ ਹੀ ਲੱਗਾ ਸੀ ਕਿ ਅੰਦਰੋਂ ਕਿਸੇ ਆਖਿਆ ਥਾਂ ਕਿਉਂ ਨਹੀਂ ਤੁਸੀਂ ਆਓ ਜੀ ਇਹ ਕੋਈ ਫੌਜੀ ਵਰਦੀ ਵਿੱਚ ਸਨ ਤੇ ਇਹਨਾਂ ਨਾਲ ਦੋ ਸਿਪਾਹੀ ਇਹਨਾਂ ਨੂੰ ਮੇਜਰ ਸਾਹਿਬ ਆਖਦੇ ਸਨ ਬਾਹਰਲਾ ਸੱਜਣ ਅੰਦਰ ਤੁਸ ਕੇ ਇਹਨਾਂ ਦੇ ਕੋਲ ਜਾ ਖੜੋਤਾ ਇੱਕ ਦੋ ਮਿੰਟਾਂ ਬਾਅਦ ਉਹਨਾਂ ਆਖਿਆ ਉਸ ਅਖੀਰਲੀ ਸੀਟ ਤੇ ਬੈਠੇ ਆਦਮੀ ਨੇ ਅਗਲੇ ਸਟੇਸ਼ਨ ਤੇ ਉਤਰ ਜਾਣਾ ਏ ਤੁਸੀਂ ਕਿਸੇ ਤਰ੍ਹਾਂ ਉੱਥੇ ਪਹੁੰਚ ਜਾਓ ਪਹੁੰਚਣਾ ਹੀ ਮੁਸ਼ਕਲ ਹੈ ਉਸ ਆਖਿਆ ਵੇਖੋ ਮੈਂ ਤੁਹਾਨੂੰ ਕਿਸ ਤਰ੍ਹਾਂ ਪਹਚਾੰਦਾ ਹਾਂ ਤੇ ਉਹਨਾ ਆਪਣਾ ਪਾਸਾ ਜਰਾ ਕੁ ਚੁੱਕ ਕੇ ਉਹਨਾ ਬਿਤਕਾਰਲੀ ਢੋਤੇ ਤੇ ਖੜਾ ਕਰ ਦਿੱਤਾ ਉੱਤੋਂ ਛੱਤ ਨੂੰ ਹੱਥ ਪਾ ਲਓ ਤੇ ਦੂਜੀਆਂ ਸਵਾਰੀਆਂ ਨੂੰ ਹਾਸੇ ਵਿੱਚ ਪਾਣ ਲਈ ਉਹਨਾ ਆਖਿਆ ਇਹ ਸਰਦਾਰ ਜੀ ਕੋਈ ਤਮਾਸ਼ਾ ਬਖਾਨ ਲੱਗੇ ਹਨ ਜਰਾ ਜਰਾ ਸੰਭਲ ਜਾਓ ਮਤੇ ਇਨਾਂ ਹੇਠ ਕੋਈ ਬੰਦਾ ਪੀਸਿਆ ਜਾਏ ਪਾਵੇਂ ਸਰੀਰਵਲ ਦੇਖ ਕੇ ਸਵਾਰੀਆਂ ਹੱਸੀਆਂ ਤੇ ਸਾਬ ਨੇ ਢੋ ਨਾਲੋਂ ਪਿੱਠਾਂ ਪਰਾਂ ਕਰ ਲਈਆਂ ਉਹ ਦੂਜੇ ਸਿਰੇ ਪਹੁੰਚ ਗਿਆ ਤੇ ਸਟੇਸ਼ਨ ਆਉਂਦਿਆਂ ਹੀ ਸੀਟ ਖਾਲੀ ਹੋਈ ਉਹ ਆਰਾਮ ਨਾਲ ਬਹਿ ਗਿਆ ਤੇ ਸ਼ੁਕਰੀਏ ਵਿੱਚੋਂ ਦੂਰੋਂ ਮੇਜਰ ਸੈਵ ਨੂੰ ਹੱਥ ਜੋੜੇ ਉਸ ਸਟੇਸ਼ਨ ਤੇ ਉਤਰਿਆ ਤਾਂ ਇੱਕੋ ਸੀ ਪਰ ਚੜਨ ਵਾਲੇ ਦੋ ਆ ਗਏ ਬੂਹੇ ਬੂਹੇ ਅੱਗੇ ਖੜੋਤੇ ਸਫਾਈਆਂ ਨਹੀਂ ਛਿੜਕ ਛੱਡੇ ਆ ਉਹਨਾਂ ਦੋਹਾਂ ਨੇ ਬੜੇ ਹੀ ਤਰਲੇ ਕੀਤੇ ਮੇਜਰ ਸਾਹਿਬ ਨੇ ਫੇਰ ਆਖਿਆ ਆ ਜਾਣ ਦਿਓ ਪਰ ਕੋਠਾ ਇਹਨਾਂ ਨੂੰ ਸਬਾਬ ਲਈ ਚਾਹੀਦਾ ਹੈ ਉਹ ਕਿੱਥੇ ਧਰਾਂਗੇ ਸਪਾਹੀਆਂ ਆਖਿਆ ਮੇਜਰ ਸਾਹਿਬ ਟੱਟੀ ਦੇ ਨੇੜੇ ਬੈਠੇ ਸਨ ਉਹਨਾਂ ਟੱਟੀ ਦਾ ਬੂਹਾ ਖੋਲਿਆ ਬੜੀ ਮਹਿਕ ਆਈ ਸਵਾਰੀਆਂ ਨੱਕ ਕੱਜਲੇ ਪਰ ਮੇਜਰ ਸਾਹਿਬ ਉੱਠੇ ਮੈਂ 1 ਮਿੰਟ ਵਿੱਚ ਸਾਫ਼ ਕਰ ਦਿੰਦਾ ਹਾਂ ਤੁਸੀਂ ਸਮਾਨ ਅੰਦਰ ਧਰਨ ਦੀ ਹੀ ਕਰੋ ਸਪਾਹੀਆਂ ਨੂੰ ਸ਼ਰਮ ਆ ਗਈ ਇੱਕ ਸਪਾਹੀ ਟੱਟੀ ਵਿੱਚ ਗਿਆ ਦੂਸਰੇ ਨੇ ਅਸਬਾਬ ਨੂੰ ਹੱਥ ਪਵਾਇਆ ਟੱਟੀ ਸਾਫ਼ ਹੁੰਦੀ ਰਹੀ ਮੇਜਰ ਸਹਿਬ ਹਾਸ ਦੇ ਰਹੇ ਭਾਈ ਮੈਂ ਤਹਤੋਂ ਪਹਿਲਾਂ ਧਰਮਰਾਜ ਕੋਲ ਜਾਣਾ ਹੈ ਮੈਂ ਉਹਨਾਂ ਨੂੰ ਦੱਸਾਂਗਾ ਬੰਤਾ ਸਿੰਘ ਨੇ ਕਿਹੋ ਜੀ ਸਫਾਈ ਕੀਤੀ ਖੂਬ ਪਾਣੀ ਡੋਲੀ ਵੇਖੋ ਜਰਾ ਬੋ ਨਾ ਰਹੇ ਟੱਟੀ ਚੰਗੀ ਤਰ੍ਹਾਂ ਸਾਫ਼ ਹੋ ਗਈ ਅਸਬਾਬ ਉਹਦੇ ਵਿੱਚ ਚਿੰਨ ਦਿੱਤਾ ਗਿਆ ਸਾਰੇ ਡੱਬੇ ਦੀ ਫਿਜ਼ਾਬਤ ਲੱਗੀ ਉਹ ਆਫਸਰ ਡੱਬੇ ਦਾ ਕੇਂਦਰ ਬਣ ਗਿਆ ਬੜਾ ਰੌਣਕੀ ਬੜਾ ਹਸਮੁਖ ਸਰਵਕੋਸ ਬਾਲਪੋਂ ਗਈਆਂ ਅਗਲੇ ਸਟੇਸ਼ਨ ਤੇ ਸਕੰਜਮੀ ਵੇਚਣ ਵਾਲਾ ਆਂਦਾ ਸੀ ਠੰਡੇ ਮਿੱਠੇ ਗਲਾਸ ਆਨੇ-ਯਾਨੇ ਗਲਾਸ ਗਰਮੀ ਨਾਲ ਕਈਆਂ ਦੇ ਮੂੰਹ ਸੁੱਕੇ ਹੋਏ ਸਨ ਵੇਖ ਪਾਈ ਬੰਤਾ ਸੀ ਠੰਡੇ ਮਿੱਠੇ ਹੈ ਵੀ ਦੋਹਾਂ ਸਪਾਈਆਂ ਨੂੰ ਗਲਾਸ ਦਵਾ ਦਿੱਤੇ ਭੀੜ ਬਹੁਤ ਸੀ ਪੀਣਾ ਕਈ ਚਾਹੁੰਦੇ ਸਨ ਪਰ ਬਾਰੀ ਤੱਕ ਪਹੁੰਚਣਾ ਮੁਸ਼ਕਲ ਸੀ ਫੜਾਈ ਬੰਤਾ ਸੀ ਉਹਨਾਂ ਭਾਈ ਜੀ ਨੂੰ ਉਹ ਲਾਲਾ ਜੀ ਵੀ ਬੁੱਲ ਪਏ ਚੂਸਦੇ ਨੇ ਉਸ ਕਾਕੇ ਨੂੰ ਵੀ ਲਈ ਉੰਨੀ ਗਲਾਸ ਪਿਆਏ ਗਏ ਗੱਡੀ ਤੁਰਨ ਵਾਲੀ ਸੀ ਪਾਣੀ ਵਾਲਾ ਪੈਸਿਆਂ ਬਾਰੇ ਚਿੰਤਾ ਕਰ ਰਿਹਾ ਸੀ ਲੈ ਭਾਈ ਤੂੰ ਤੇ ਜਾ ਸਵਰ ਪਈਓ ਦੇ ਹੱਥ ਫੜਾ ਕੇ ਮੇਜਰ ਸਾਹਿਬ ਨੇ ਆਖਿਆ ਮੈਂ ਆਪੇ ਇਹਨਾਂ ਕੋਲੋਂ ਗ੍ਰਾਹ ਲਵਾਂਗਾ ਸਵਾਰੀਆਂ ਦੇ ਦਿਲਾਂ ਵਿੱਚ ਉਸ ਹਸੂ ਹਸੂ ਕਰਦੇ ਮੇਜਰ ਦੀ ਬੜੀ ਇੱਜ਼ਤ ਬਣ ਗਈ ਉਹਨਾਂ ਆਪੋ ਆਪਣੇ ਪੈਸੇ ਹੱਥੋਂ-ਹਥੀ ਕੱਲਣੇ ਸ਼ੁਰੂ ਕਰ ਦਿੱਤੇ ਪਰ ਮੇਜਰ ਸਾਹਿਬ ਨੇ ਚੋਲੀ ਅਟਕੇ ਖਾਂਸੇ ਵਿੱਚ ਗੱਲ ੜਾ ਦਿੱਤੀ ਨਾ ਨਾ ਮੈਂ ਨਹੀਂ ਲੈਣਾ ਜੇ ਦੇਣਾ ਹੈ ਤਾਂ ਨੂਟ ਨਾਟ ਪਾਉ ਮੇਰਾ ਕੁਝ ਬਣੇ ਵੀ ਮੈਂ ਛੁੱਟੀ ਕਰ ਜਾ ਰਿਹਾ ਹਾਂ ਸਭ ਦੇ ਅੰਨੇ ਮੁੜ ਗਏ ਤੇ ਲੋਕ ਉਸ ਪਖ ਦੇ ਦਿਲ ਵਾਲੇ ਅਫਸਰ ਕੋਲੋਂ ਚੜਦੇ ਚੰਗਿਆੜ ਚੜਦੇ ਚੰਗਿਆੜਿਆਂ ਵਿੱਚ ਮਸਤ ਹੋ ਗਏ ਇਹਨੇ ਨੂੰ ਕਿਸੇ ਤਮਾਕੂ ਪੀਣਾ ਚਾਹਿਆ ਨਾਲ ਦੇ ਨੇ ਆਖਿਆ ਨਾ ਨਾ ਸਰਦਾਰ ਸਾਹਿਬ ਦੇ ਹੁੰਦਿਆ ਨਹੀਂ ਪੀਣਾ ਮੇਜਰ ਸੈਮ ਨੇ ਸੁਣ ਲਿਆ ਤੇ ਹਾਸ ਕੇ ਬੋਲੇ ਪੀਣਾ ਕਿਉਂ ਨਹੀਂ ਬੇਸ਼ੱਕ ਪੀਓ ਪਰ ਕੋਈ ਵਧੀਆ ਜਿਹਾ ਸਿਗਰਟ ਪੀਣਾ ਕਿਸੇ ਨੇ ਪੁੱਛਿਆ ਵਧੀਆ ਨਾਲ ਕੀ ਫਰਕ ਪੈ ਜਾਏਗਾ ਵਧੀਆ ਸਿਗਰਟ ਦਾ ਧੂਆਂ ਤਾਂ ਕਈ ਵਾਰੀ ਸਾਡੇ ਅੰਗਰੇਜ਼ ਆਪਸਰਾ ਸਾਡੇ ਮੂੰਹਾਂ ਤੇ ਮਾਰਿਆ ਉਸ ਧੂਆਂ ਦੀ ਸਾਨੂੰ ਆਦਤ ਹੈ ਪੀਣ ਵਾਲੇ ਕੋਲ ਵਧੀਆ ਸਿਗਰਟ ਨਹੀਂ ਸੀ ਉਹ ਪੀਣੀ ਉਹ ਬੀੜੀ ਪੀਣ ਵਾਲਾ ਸੀ ਸ਼ਰਮਾ ਗਿਆ ਕਹਿਣ ਲੱਗਾ ਮੈਂ ਨਹੀਂ ਪੀਂਦਾ ਜਦੋਂ ਮੇਜਰ ਸਾਹਿਬ ਨੂੰ ਬੀੜੀ ਦੀ ਸਮਝ ਆਈ ਤਾਂ ਉਹਨਾਂ ਆਖਿਆ ਬੀੜੀ ਦਾ ਧੂਆਂ ਤੂੰ ਬਾਰੀ ਤੋਂ ਬਾਹਰ ਸੁੱਟ ਦੇ ਬਾਹਰ ਸੁੱਟ ਸੱਡੀ ਨਾ ਸਾਡੇ ਵੱਲ ਮਾਰੀ ਪਰ ਪਾਈਪ ਪੀ ਜ਼ਰੂਰ ਤੇ ਆਖ ਦੇਖ ਕੇ ਉਹਨਾਂ ਸੂਟਾ ਉਹਨੂੰ ਲਵਾ ਹੀ ਦਿੱਤਾ ਅਗਲੇ ਸਟੇਸ਼ਨ ਤੇ ਇੱਕ ਹੌਲਦਾਰ ਨੇ ਪਲੇਟਫਾਰਮ ਤੋਂ ਸਲੂਟ ਖੜਗਾਈ ਤੇ ਪੁੱਛਿਆ ਸਾਬ ਆਪ ਆਪਣਾ ਡੱਬਾ ਛੱਡ ਕੇ ਇੱਥੇ ਕਿਉਂ ਆ ਗਏ ਮੈਂ ਕੀ ਲੈਣੋ ਸੀ ਪੇਮਰਿਆਂ ਦੇ ਡੱਬੇ ਵਿੱਚ ਕੋਈ ਅਖਬਾਰ ਪੜਦਾ ਸੀ ਕੋਈ ਕਿਤਾਬ ਮੂੰਹ ਅੱਗੇ ਤਰੀਂ ਬੈਠਾ ਸੀ ਕੋਈ ਸਿਗਰਟ ਦੇ ਧੂਏ ਬਾਲੀ ਦੇਖੀ ਜਾ ਰਿਆ ਸੀ ਮੈਂ ਇੱਥੇ ਆ ਗਿਆ ਇੱਥੇ ਸਭ ਦੇ ਪੇਜੋਂ ਦੇ ਜਾਪਦੇ ਨੇ ਫੇਰ ਮੈਂ ਤੁਹਾਡੀ ਸੀਟ ਤੇ ਜਾਵਾਂ ਸਮਾਨ ਦਾ ਧਿਆਨ ਰੱਖਾਂਗਾ ਨਾ ਪਾਈ ਨਾ ਉਥੇ ਤਾਂ ਮੇਰਾ ਜਾਣਛੀਨ ਬੈਠਾ ਹੀ ਉਹ ਕੋਣ ਸਾਹਿਬ ਟੁਰਦੀ ਗੱਡੀ ਦੇ ਜੰਗਲੇ ਨਾਲ ਕੋਈ ਲਟਕ ਗਿਆ ਮੈਨੂੰ ਡਰ ਲੱਗਾ ਕਿ ਡੇ ਡੇ ਘੜਗਾ ਕੇ ਮਰ ਜਾਏਗਾ ਫਿਰ ਗਵਾਹੀਆਂ ਭੁਗਤਣੀਆਂ ਪੈਣਗੀਆਂ ਮੈਂ ਉਹਨੂੰ ਅੰਦਰ ਵਾੜ ਲਿਆ ਅੱਗੇ ਸਟੇਸ਼ਨ ਤੇ ਮੈਂ ਉਹਨੂੰ ਆਖਿਆ ਕਿ ਕਿਸੇ ਹੋਰ ਡੱਬੇ ਵਿੱਚ ਚਲਾ ਜਾਏ ਪਰ ਉਹ ਪੈਰੀ ਪਏ ਜੀ ਜੀ ਮੈਨੂੰ ਕਿਸੇ ਥਾਂ ਦੇਣੀ ਏ ਜੀ ਮੈਨੂੰ ਕਿਸਨੇ ਥਾਂ ਦੇਣੀ ਏ ਮੈਂ ਆਪਣੀ ਟਿਕਟੁੱਤੇ ਨਾਲ ਪਟਾ ਕੇ ਇੱਥੇ ਆ ਗਿਆ ਬੰਤ ਸਿੰਘ ਹੂਰੀ ਇੱਥੇ ਬੈਠੇ ਹਨ ਇੱਥੇ ਬੈਠੇ ਸਨੂੰ ਸੁਣ ਕੇ ਸਵਾਰੀਆਂ ਡੰਗ ਰਹਿ ਗਈਆਂ ਪਰ ਉਸ ਪਰ ਉਸ ਭਲੇ ਸਰਦਾਰ ਨੇ ਕਿਸੇ ਨੂੰ ਆਪਣੀ ਤਾਰੀਫ ਨਾ ਕਰਨ ਦਿੱਤੀ ਕਿਹੜਾ ਕੋਈ ਸ਼ੁਰੂ ਕਰੇ ਕੋਈ ਹੋਰ ਹੀ ਗੱਲ ਆਪਣੇ ਕੋਲੋਂ ਵਾਹ ਕਿ ਉਹਨੂੰ ਚੁੱਪ ਕਰਾ ਦੇਵੇ ਅਗਲੇ ਸਟੇਸ਼ਨ ਤੇ ਮੇਜਰ ਸਾਬ ਨੇ ਲੈ ਜਾਣਾ ਸੀ ਉਹਨਾਂ ਕੋਲੋਂ ਨਾਲਦਿਆਂ ਨੇ ਨਾ ਤਾਂ ਪੁੱਛਿਆ ਉਸ ਪਾਈਆਂ ਨਾਲ ਉਹਨਾਂ ਦਾ ਸੁਭਾਅ ਇਕੱਠਾ ਕਰਾਉਣ ਲੱਗ ਪਏ ਸੁਆਬ ਦਾ ਜੁੱਦ ਮਕਾ ਲਈਏ ਫੇਰ ਮੈਂ ਤੁਹਾਨੂੰ ਆਪਣਾ ਸਾਰਾ ਪਤਾ ਲਿਖ ਦਿਆਂਗਾ ਸਟੇਸ਼ਨ ਆਈਆਂ ਕੁੱਲੀਆਂ ਤੇ ਸਵਾਰੀਆਂ ਦਾ ਰੌਲਾ ਪੈ ਗਿਆ ਤੇ ਮੇਜਰ ਸਾਹਿਬ ਸਭ ਨੂੰ ਹੱਥ ਜੋੜਦੇ ਤੇ ਇਹ ਕਹਿੰਦੇ ਕਾਲੀ ਕਾਲੀ ਇਹ ਗੱਡੀਆਂੇ ਹੇਠਾ ਉਤਰ ਗਏ ਮੈਂ ਆਪਣਾ ਨਿੱਕ ਸੁਖ ਵੀ ਪੇਪਰਿਆਂ ਦੇ ਡੱਬੇ ਚੋਂ ਇਕੱਠਾ ਕਰਨਾ ਏ ਐਤ ਕੀ ਮਾਫ ਕਰ ਦਿਓ ਜੇ ਫੇਰ ਇਹੋ ਜਿਹਾ ਮੌਕਾ ਮਿਲ ਗਿਆ ਤਾਂ ਤੁਹਾਨੂੰ ਪੂਰਾ ਪਤਾ ਨੋਟ ਕਰਾ ਦਿਆਂਗਾ ਹੋ ਗਏ ਹੋ ਗਏ ਸਾਰੇ ਡੱਬੇ ਚੋਂ ਰੂਹ ਨਿਕਲ ਗਈ ਡੱਬਾ ਪਾਂ ਪਾਂ ਕਰਨ ਲੱਗ ਪਿਆ ਧੰਨਵਾਦ